भरावो, एक खेत, दो खेत, ते तीन खेत, 1692, 1847 ते 1509, इक्को दिन की बिजाई है इस खेत की। तिने बिजाई वाले खेत ही है ना, सीधी बिजाई वाले खेत है। तो मैं जिहड़ा इस वीडियो दे विच तुहानू चीज़ दिखाउणा चाहुंना, कवर भी करना चाहुंना कि तुसीं देखो, कई बार तुसीं कह दिंदे हो वी जी 1509 इह तां 120 दिन की किस्म आ जी, आलू वाले लाउंदे आ, 1847 है जिहनूं बिमारी नहीं आउंदी हैगी, इह वी उन्ना ही टाइम लैंदी है। हुण तुसीं देखो, इक्को दिन दे विच बिजाई होई है 1509 1847, इन्हें बल्ली बाहर ले ली, ये दूजा स्टेज चल रही है, दाने लटक लैने शुरू कर गए। तुसीं देखो इहदियां बल्लियां दे विच लटक आई हुई है, इहदी हजे बल्ली कोई कोई बाहर आई है, 7-8 दिनां तक मुकम्मल नसारा हजे इहदा होना कह सकदे हो। जे ये 120 दिन की किस्म आ ते इह इस तों एक हफ्ता 10 दिन वध लै सकदे, तुसीं खेतां च लाई हुई है तां घबराउण दी लोड़ नहीं। कई बार तुसीं कह दिंदे हो यार बी यार इदां हो गया साडे नाल, धक्का हो गया इदां, क्योंकि खेतां दे हिसाब नाल, एरिए ਦੇ ਹਿਸਾਬ ਦੇ ਨਾਲ ਵੀ, ਕਲਾਈਮੇਟ ਦੇ ਹਿਸਾਬ ਨਾਲ ਫਸਲ ਥੋੜਾ ਆਪਦੇ ਗੁਣਾਂ ਨੂੰ ਜ਼ਿਆਦਾ ਦਿਖਾਉਂਦੀ ਹੈਗੀ ਹੈ। ਇਹ 1692 ਹੈ ਨਾ ਜੀ, ਇਹ 1692 ਕਿਸਮ ਆ, ਉਸੇ ਦਿਨ ਦੀ ਬਿਜਾਈ ਹੈ, 12 ਜੂਨ ਦੀ ਬਿਜਾਈ ਹੈ ਨਾ, 12 ਜੂਨ ਦੀ ਬਿਜਾਈ ਹੈ। ਇਸ ਨੂੰ ਵੀ ਫੁੱਲ ਚੱਲ ਰਿਹਾ ਹੈਗਾ, ਦੁੱਧਾ ਅਵਸਥਾ ਇਹਦੇ ਵੀ ਸ਼ਿਫਟ ਹੋ ਗਈ, ਲਗਭਗ 100% ਇਹਦਾ ਨਸਾਰਾ ਮੁਕੰਮਲ ਹੋ ਹੀ ਚੁੱਕਿਆ ਹੈਗਾ। ਅਤੇ ਬਾਈ ਤੁਹਾਨੂੰ ਤਾਂ ਇਹ ਦੂਸਰਾ ਸਾਲ ਹੋ ਗਿਆ, ਝਾੜ ਦੇ ਵਿੱਚ ਫਿਰ ਕਿੰਨਾ ਕੁ ਫਰਕ ਰਹਿੰਦਾ ਹੈਗਾ, ਦਾਣੇ ਦੇ ਵਿੱਚ ਚਮਕ ਦੇ ਵਿੱਚ ਕਿੰਨਾ ਕੁ ਫਰਕ ਰਹਿੰਦਾ ਹੈਗਾ ਵੀ ਇਹਨਾਂ ਵਰਾਈਟੀਆਂ ਦਾ। ਹੁਣ ਜਦੋਂ ਵਾਢੀ ਹੋਊਗੀ, ਮੰਨ ਲਓ ਢੇਰੀਆਂ ਅੱਡੋ ਅੱਡ ਆਪਾਂ ਲਾਤੀਆਂ, ਫਿਰ ਰੇਟ ਦੇ ਵਿੱਚ ਕਿੰਨਾ ਕੁ ਫਰਕ ਰਹੂਗਾ? ਅੱਡੋ ਅੱਡੀ ਬਾਈ ਜਿਵੇਂ ਜਿਵੇਂ ਕੁਆਲਿਟੀ ਤਿਆਰ ਹੋਊਗੀ ਮਾਲ ਦੇ ਹਿਸਾਬ ਨਾਲ, ਰੇਟ ਤਾਂ ਦੇਖੋ ਮਾਰਕੀਟ ਦੇ ਹਿਸਾਬ ਨਾਲ ਹੈ। ਹਾਂਜੀ, ਐਤਕੀ 1847 ਦਾ ਵੀ ਪਤਾ ਲੱਗ ਜੂਗਾ ਕੀ ਨਹੀਂ। ਤੁਸੀਂ ਮੰਨ ਲਓ ਇਹਦਾ ਟੇਸਟ ਕੀਤਾ ਹੋਇਆ, ਪਿਛਲੀ ਵਾਰ ਵੱਢ ਕੇ ਵੇਚਿਆ ਵੀ ਹੈ, ਇਹਦੇ ਵਿੱਚ ਹੁਣ ਆਪਾਂ ਕਹਿ ਲਈਏ ਵੀ 10 ਕੁ ਦਿਨਾਂ ਦਾ ਫਰਕ ਜਾ ਰਿਹਾ। ਆਹ ਵਰਾਇਟੀ ਹੁਣ ਮੰਨ ਲਓ ਪਕਾ ਹੀ ਲੈਣ ਲੱਗ ਜੂ, ਇਹ ਫੁੱਲ ਨਸਾਰੇ 'ਤੇ ਆਊਗੀ, 10 ਦਿਨਾਂ ਦਾ ਵਾਢੀ ਦਾ ਹੀ ਫਰਕ ਰਹੂਗਾ ਰਹੂਗਾ ਮਾਮੂਲੀ ਗੱਲ ਆ। ਝਾੜ ਦਾ ਤੁਹਾਨੂੰ ਕਿੰਨਾ ਕੁ ਅੰਦਾਜ਼ਾ ਲੱਗਦਾ ਜੀ ਫਰਕ ਰਹਿੰਦਾ ਇਹਦਾ? ਝਾੜ 'ਚ ਤਾਂ ਬਾਈ 1847 ਲੱਗ ਰਿਹਾ ਵੀ ਵੱਧ ਆਊਗਾ। ਠੀਕ ਹੈ ਜੀ, ਹਾਂਜੀ, ਵੀ ਉਹਦਾ ਇੱਕ ਤਾਂ ਕਲਰ ਜ਼ਿਆਦਾ ਵਧੀਆ ਹੈਗਾ, ਅਤੇ ਇੱਕ ਦਾ ਕੋਈ ਬਲਾਸਟ ਹੈ ਨਹੀਂ, ਇਸ ਟਾਈਮ ਵਰਾਇਟੀ ਬਹੁਤ ਸੋਹਣੀ ਖੜੀ ਹੈ। ਠੀਕ ਹੈ ਜੀ, ਹਾਂ ਆਪਾਂ ਇਹ ਵੀ ਕਹਿ ਸਕਦੇ ਹੈਗੇ ਹਾਂ ਵੀ ਜਿਵੇਂ ਹੁਣ ਗਰਮੀ ਚੱਲ ਰਹੀ ਹੈ, ਅੱਜ ਤੋਂ 5-7 ਦਿਨਾਂ ਨੂੰ ਹੋਰ ਟੈਂਪਰੇਚਰ ਡਾਊਨ ਆ ਜਾਣੇ ਆ, ਉਹ ਡਾਊਨ ਟੈਂਪਰੇਚਰ ਕਰਕੇ ਇਹਦੀ ਪੋਲੀਨੇਸ਼ਨ, ਇਹਦੀ ਗ੍ਰੇਨ ਫੀਲਿੰਗ ਆ ਜਿਹੜੀ ਉਹ ਜ਼ਿਆਦਾ ਵਧੀਆ ਹੋਣੀ ਹੈ। ਅਤੇ ਇੱਧਰ 1692 ਲੱਗੀ ਹੋਈ ਹੈ, 1692 ਅਤੇ 1509 ਦਾ ਕਿਸਾਨ ਭਰਾਵੋ ਤੁਸੀਂ ਇੱਕ ਥੋੜ੍ਹਾ ਜਿਹਾ ਅੰਦਾਜ਼ਾ ਲਾ ਸਕਦੇ ਹੋ, ਮਾਮੂਲੀ ਜਿਹਾ ਕੱਦ ਜ਼ਿਆਦਾ ਹੈ, ਮਾਮੂਲੀ ਜਿਹਾ ਤਣਾ ਜਿਹੜਾ ਹੈਗਾ ਉਹ ਜ਼ਿਆਦਾ ਸਟਰੋਂਗ ਹੈ, ਅਤੇ ਇਹਦੇ ਵਿੱਚ ਬੱਲੀ ਉੱਪਰਲੇ ਪਾਸੇ ਜ਼ਿਆਦਾ ਹੈ, ਇਹਦੇ ਵਿੱਚ ਹਲਕਾ ਜਿਹਾ ਪੱਤਾ ਉੱਪਰਲੇ ਪਾਸੇ ਜ਼ਿਆਦਾ। ਇਹ ਪੁਰਾਣਾ ਸੈਗਮੈਂਟ ਹੈ, ਇਹਨੂੰ ਤਾਂ ਹਰ ਭਲੀ ਭਾਂਤੀ ਜਾਣਦਾ, ਤੁਸੀਂ ਦੇਖੋ ਇਹਦੇ ਕਿੰਨੇ ਜ਼ਿਆਦਾ ਕਮਜ਼ੋਰ ਜੇ ਆ, ਇਹਦੇ ਜਿਹੜੇ ਆਹ ਟਿੱਲਰ ਲਾ ਲਓ ਇਹ ਕਮਜ਼ੋਰ ਜੇ ਹੁੰਦੇ ਆ, ਅਤੇ 1847 ਦਾ ਮੈਂ ਕੋਈ ਵੀ ਇੱਥੇ ਟਿੱਲਰ ਬਾਹਰ ਕੱਢਾਂ ਇਹਨਾਂ ਸਾਰੇ ਤੋਂ ਪਹਿਲਾਂ, ਇਹਦਾ ਬਹੁਤ ਜ਼ਿਆਦਾ ਸਟਰੋਂਗ ਆ, ਇਹਦਾ ਰੰਗ ਵੀ ਬਹੁਤ ਘੈਂਟ ਆ, ਇਹਨੂੰ ਜਿਹੜੀ ਬੱਲੀ ਦੇ ਗੰਢ 'ਤੇ ਨੈੱਕ ਬਲਾਸਟ ਆਉਂਦਾ ਹੈਗਾ ਨਾ, ਨੈੱਕ ਦੇ ਉੱਪਰ ਜਾਂ ਕੋਲਰ ਬਲਾਸਟ, ਉਹ ਇਹਨੂੰ ਤਾਂ ਨਹੀਂ ਆਉਂਦਾ ਹੈਗਾ ਕਿਸੇ ਕਿਸਮ ਦਾ, ਕੋਈ ਹਾਲੇ ਤੱਕ ਬਈ ਬਲਾਸਟ ਨਹੀਂ ਹੈਗਾ। ਠੀਕ ਹੈ ਜੀ, ਐਸਆਰ ਲਈ ਮੈਂ ਤਾਂ ਸਮਝਦਾ ਵੀ ਬਹੁਤ ਹੀ ਵਧੀਆ ਵੈਰਾਈਟੀ ਹੈ। ਠੀਕ ਹੈ ਜੀ, ਕਿਸਾਨ ਭਰਾਓ ਦੇਖੋ, ਡੀਐਸਆਰ ਦੇ ਵਿੱਚ ਥੋੜਾ 5-6 ਹਜ਼ਾਰ ਰੁਪਇਆ ਸਿੱਧਾ ਕਿੱਲੇ ਮਗਰ ਬੱਚਤ ਦੇ ਨੇੜੇ ਚਲੇ ਜਾਂਦਾ ਹੈਗਾ ਸਾਰਾ ਪ੍ਰੋਗਰਾਮ। ਤੇ ਜੇ ਆਪਾਂ ਖੇਤੀ ਦੇ ਵਿੱਚ ਬੱਚਤ ਕਰਨੀ ਹੈਗੀ ਤਾਂ ਮੈਨੂੰ ਲੱਗਦਾ ਵੀ ਆਪਣੇ ਖੇਤਾਂ ਦੇ ਵਿੱਚ ਜਾਂ ਤੁਹਾਡੇ ਸਾਂਝੀਆਂ ਦੇ ਖੇਤਾਂ ਦੇ ਵਿੱਚ ਹੋਰ ਜਿਹੜੇ ਤਜਰਬੇ ਹੋ ਰਹੇ ਆ ਉਹਨੂੰ ਵੀ ਅਗਲੇ ਸਾਲ ਲਈ ਆਪਾਂ ਨੂੰ ਕੰਸਿਡਰ ਕਰ ਲੈਣਾ ਚਾਹੀਦਾ ਹੈ। ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ, ਬਾਸਮਤੀ ਕਿਸਮਾਂ ਦੇ ਚੰਗੇ ਝਾੜ ਰਹਿਣ ਇਹੀ ਅਰਦਾਸ ਹੈ ਮੇਰੀ, ਤੇ ਤੁਸੀਂ ਵੀ ਆਪਣੇ ਤਜਰਬੇ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਿਓ।